ਰਹੀਮ तमाम दोस्तों ਨੂੰ ਅਸਲਾਮ ਅਲੈਕਮ ਜੀ। ਅੱਜ ਸਾਡੇ ਨਾਲ ਜਿਹੜੇ ਮਹਿਮਾਨ ਮੌਜੂਦ ਨੇ ਇਹਨਾਂ ਦਾ ਨਾਂ ਹੈ ਚੌਧਰੀ ਫਰਤ ਉਮਰ, ਇਹਨਾਂ ਦਾ ਤਾਲੁਕ ਚੱਕ ਸਿਕੰਦਰ ਤੋਂ ਹੈ ਅਤੇ ਇਹ ਆਪਣਾ ਇੱਕ ਚੈਨਲ ਚਲਾ ਰਹੇ ਨੇ ਯੂਟਿਊਬ 'ਤੇ ਜਿਹਦਾ ਨਾਂ ਹੈ ਯੂ ਫਾਰਮ। ਇਹਨਾਂ ਦੇ 11,000 ਸਬਸਕ੍ਰਾਈਬਰ ਨੇ। ਇਹਨਾਂ ਦੀ ਵੀਡੀਓ ਇਸ ਇਲਾਕੇ ਦੇ ਵਿੱਚ ਕਾਫੀ ਪਸੰਦ ਕੀਤੀ ਜਾਂਦੀ ਹੈ। ਅੱਜ ਇਹਨਾਂ ਕੋਲੋਂ ਚੰਦ ਸਵਾਲਾਤ ਪੁੱਛਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਹ ਸ਼ੌਕ ਤੁਹਾਨੂੰ ਕਿਸ ਤਰ੍ਹਾਂ ਪੈਦਾ ਹੋਇਆ? ਸ਼ੌਕ ਅਚਾਨਕ ਹੀ, ਬਸ ਨਾ ਅਸਾਂ ਗਏ ਜ਼ਰਾ ਆਪਣੇ ਫਾਰਮਾ ਸ਼ਰਮਾ 'ਤੇ ਵਿਜ਼ਿਟ ਕਰਦੇ ਪਏ। ਠੀਕ ਹੈ। ਅਤੇ ਮੈਨੂੰ ਵੈਸੇ ਸ਼ੌਕ ਆਇਆ ਫਾਰਮਾਂ ਦੇ ਜਾਨਵਰਾਂ ਦੀ ਵੀਡੀਓ ਸ਼ੀਡੀਓ ਬਣਾਉਣ ਦਾ। ਠੀਕ ਹੈ। ਬਣਾ ਕੇ ਇੱਕ ਦੋ ਵੀਡੀਓ ਅਪਲੋਡ ਕੀਤੀ, ਉਹ ਬੜੀਆਂ ਵਾਇਰਲ ਹੋ ਗਈਆਂ। ਠੀਕ। ਬੰਦਿਆਂ ਬੜੀਆਂ ਪਸੰਦ ਕੀਤੀਆਂ ਅਤੇ ਬੰਦਿਆਂ ਕਮੈਂਟਸ ਕੀਤੇ ਹੋਰ ਹੀ ਬਣਾਇਆ ਕਰੋ, ਇਸ ਤਰ੍ਹਾਂ ਫਿਰ ਵੀਡੀਓ ਬਣਾਉਣ ਲੱਗ ਪਏ। ਕਿੰਨਾ ਅਰਸਾ ਹੋ ਗਿਆ ਤੁਹਾਨੂੰ ਇਹ ਚੈਨਲ ਚਲਾਉਂਦਿਆਂ? ਇਹ 2016 ਸ਼ੁਰੂ ਕੀਤਾ ਜਨਾਬ। ਅਫਿਸ਼ਲੀ ਜਿਹੜਾ ਤੁਸੀਂ ਸ਼ੁਰੂ ਕੀਤਾ? ਜਾਂ ਨਾਰਮਲੀ ਵੈਸੇ ਬਣਾਉਂਦੇ ਆ, ਫਿਰ ਵੀਡੀਓ ਕੋਈ ਕਾਫੀ ਵਾਇਰਲ ਹੋਈਆਂ, ਕੋਈ 2-2 ਲੱਖ ਵਿਊ ਗਈਆਂ ਲਏ, ਅਤੇ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਜਨਾਬ। ਇਹਦੇ ਤੋਂ ਆਮਦਨ ਦਾ ਕੀ ਤਰੀਕਾਕਾਰ ਹੈ? ਤੁਹਾਨੂੰ ਇਹਦੇ ਤੋਂ ਕੋਈ ਆਮਦਨ ਹੋ ਰਹੀ ਹੈ? ਕਿਤਨੀ ਹੋ ਚੁੱਕੀ ਹੈ ਆਮਦਨ? ਤਾਂ ਇਤਨੀ ਨਹੀਂ ਹੋ ਰਹੀ ਹੈ, ਇਹ ਜ਼ਰਾ ਵਿਊ ਸਬਸਕ੍ਰਾਈਬਰ ਘੱਟ ਨੇ, ਵਿਊ ਉਸ ਰੂਟੀਨ ਨਾਲ ਨਹੀਂ ਆਉਂਦੇ ਪਏ। ਅਤੇ ਵੈਸੇ ਬੰਦਿਆਂ ਨੂੰ ਬੜੀ ਬੜੀ ਆਮਦਨ ਹੁੰਦੀ ਹੈ ਇਹਦੇ 'ਚ, ਲੱਖਾਂ ਰੁਪਏ ਆਮਦਨ ਹੁੰਦੀ ਹੈ। ਸਾਨੂੰ ਜ਼ਰਾ ਇੰਨੀ ਨਹੀਂ ਹੁੰਦੀ, ਪਰ ਠੀਕ ਹੀ, ਅੱਲਾਹ ਦਾ ਬਹੁਤ ਸ਼ੁਕਰ ਹੈ, ਪੈਸੇ ਲੱਭਦੇ ਨੇ। ਯੂ ਫਾਰਮ ਕੀ ਵੇ? ਯੂ ਫਾਰਮ ਦੇ ਨਾਂ ਤੋਂ ਤੁਸੀਂ ਆਪਣੇ ਚੈਨਲ ਦਾ ਨਾਂ ਰੱਖਿਆ? ਜਾ ਜਾ ਕੀ ਵੇ ਯੂ ਫਾਰਮ? ਯੂ ਫਾਰਮ ਅਸਲ 'ਚ ਮੇਰਾ ਨਾਂ ਹੈ ਉਮਰ, ਅਤੇ ਯੂ ਉਮਰ ਨਾਂ, ਅਤੇ ਫਾਰਮ ਸਾਡੇ ਫਾਰਮ ਨੇ, ਅਸੀਂ ਆਪਣੇ ਫਾਰਮ ਦਾ ਨਾਂ ਰੱਖਿਆ ਯੂ ਫਾਰਮ। ਉਸ ਹਿਸਾਬ 'ਤੇ ਨਾ ਫਿਰ ਅਸਾਂ ਆਪਣੇ ਚੈਨਲ ਦਾ ਨਾਮ ਯੂ ਫਾਰਮ ਰੱਖ ਸਕਦੇ। ਬਿਰੂਨੇ ਮੁਲਕ ਵੀ ਸਫ਼ਰ ਕਰ ਚੁੱਕੇ ਹੋ? ਬਿਰੂਨੇ ਮੁਲਕ ਜਾਂਦੇ ਰਹੇ ਵੀ ਜ਼ਰਾ ਵਿਦੇਸ਼ੀ ਵਾਸਤੇ, ਵੈਸੇ ਜ਼ਿਆਦਾ ਤਵੱਜੋ ਪਾਕਿਸਤਾਨ ਵਿੱਚ। ਇਸ ਤੋਂ ਇਲਾਵਾ ਕੋਈ ਸਾਈਡ ਬਿਜ਼ਨਸ ਵਗੈਰਾ ਵੀ ਰੱਖਿਆ ਤੁਸੀਂ? ਜੀ, ਸਾਈਡ ਬਿਜ਼ਨਸ ਹੈ ਇਹਨਾਂ ਫਾਰਮਾਂ ਦਾ ਹੀ ਆਪਣਾ ਨਾ। ਠੀਕ। ਜਾਨਵਰ ਨੇ, ਉਧਰ ਬਾਹਰ ਫਸਲਾਂ ਨੇ, ਕਮਾ ਦੇ ਅਰਸ਼ਾ ਹੈ, ਇਹ ਹੀ ਸਾਡਾ ਫਾਰਮਾਂ ਦਾ ਬਿਜ਼ਨਸ। ਸਾਡਾ ਕਿਹੜਾ ਬਿਜ਼ਨਸ? ਕਿੰਨੇ ਬੰਦੇ ਤੁਸੀਂ ਰੱਖੇ ਨੇ ਨਾਲ ਕੰਮ ਕਰਨ ਵਾਲੇ, ਜਿਹੜੇ ਤੁਹਾਡੇ ਨਾਲ ਇਸ ਚੀਜ਼ ਵਿੱਚ ਹੈਲਪ ਕਰਦੇ ਨੇ ਵੀਡੀਓ ਵਗੈਰਾ ਬਣਾਉਣ ਦੇ? ਵੀਡੀਓ ਮੈਂ ਆਪ ਹੀ ਬਣਾਉਂਦਾ, ਨਾਲ ਬਲਾਲ ਮਦਦ ਕਰਦਾ। ਔਰ ਤੁਸੀਂ ਕੋਈ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਵਾਸਤੇ ਕੋਈ ਮੈਸੇਜ ਵਗੈਰਾ ਦੇਣਾ ਚਾਹੁੰਦੇ ਹੋ? ਸਬਸਕ੍ਰਾਈਬਰਾਂ ਦੇ ਬੜੇ ਮੈਸੇਜ ਆਉਂਦੇ ਪਏ ਨੇ ਕਿ ਤੁਸੀਂ ਵੀਡੀਓ ਨਹੀਂ ਬਣਾ ਰਹੇ, ਤੁਹਾਡੀ ਵੀਡੀਓ ਕਾਫੀ ਲੇਟ ਆ ਰਹੀ ਹੈ। ਅਤੇ ਉਹਨਾਂ ਨਾਲ ਜਨਾਬ ਬੜੀ ਮਾਜ਼ਰਤ ਕਹਿ ਰਿਹਾ, ਅੱਜ ਕੱਲ੍ਹ ਥੋੜ੍ਹੀ ਮਸਰੂਫੀਅਤ ਹੈ, ਭਾਈ ਵੀ ਆਇਆ ਬਾਹਰੋਂ, ਹੋਰ ਵੀ ਬਾਹਰ ਫਾਰਮਾਂ ਦੇ ਕੰਮ ਬੜੇ ਮਸਰੂਫ ਨੇ ਦਿਨ ਅੱਜ ਕੱਲ੍ਹ, ਇਸ ਵਾਸਤੇ ਵੀਡੀਓ ਨਹੀਂ ਆ ਰਹੀ। ਇਨਸ਼ਾਅੱਲਾ ਤੁਹਾਨੂੰ ਜਲਦੀ ਵੀਡੀਓ ਭੇਜਾਂਗੇ ਤੁਹਾਡੇ ਵਾਸਤੇ, ਅਤੇ ਤੁਹਾਡੇ ਜਿਹੜੇ ਸਾਰੇ ਜਿਹਨਾਂ ਦੋਸਤਾਂ ਸਾਡਾ ਚੈਨਲ ਸਬਸਕ੍ਰਾਈਬ ਕੀਤੇ ਹੈ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜਨਾਬ, ਅਤੇ ਵੀਡੀਓ ਤੁਹਾਨੂੰ ਜ਼ਰੂਰ ਮਿਲੇਗੀ ਇਨਸ਼ਾਅੱਲਾ ਨਾ। ਇਹ ਜਨਾਬ ਆਪਣੇ ਭਾਈ ਨੇ, ਮੇਰੇ ਛੋਟੇ ਭਾਈ ਨੇ, ਇਹ ਬਰੂਨੇ ਮੁਲਕ ਹੁੰਦੇ ਨੇ ਨਾਰਵੇ, ਅਤੇ ਇਹਨਾਂ ਦਾ ਵੀ ਚੈਨਲ ਹੈ ਮਾਸ਼। ਮੇਰੇ ਚੈਨਲ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਹੋਵੇਗਾ, ਉਹ ਵੀ ਜਾ ਕੇ ਜ਼ਰੂਰ ਵਿਜ਼ਿਟ ਕਰੀਓ। ਉਸ ਤੋਂ ਇਲਾਵਾ ਮੈਂ ਪੁੱਛਣਾ ਚਾਹੁੰਦਾ, ਜਿਹੜੀ ਤੁਹਾਡੀ ਆਖਰੀ ਦਿਨਾਂ 'ਚ ਇੱਕ ਵੀਡੀਓ ਵਾਇਰਲ ਹੋਈ ਹੈ, ਲੋਕਾਂ ਬਹੁਤ ਪਸੰਦ ਕੀਤੀ, ਇੱਕ ਟਰੈਕਟਰ ਆਇਆ 1970 ਮਾਡਲ। ਜੀ ਜੀ। ਉਹਦੇ 'ਚ ਕਈ ਬੰਦਿਆਂ ਨੇ ਕਮੈਂਟ ਕੀਤਾ ਸੀ ਕਿ ਐਡੇ ਪੁਰਾਣੇ ਟਰੈਕਟਰ ਦਾ ਇੰਜਨ ਨਾ ਖੁੱਲਿਆ ਹੋਇਆ ਹੋ ਹੀ ਨਹੀਂ ਸਕਦਾ। ਕਿਉਂ ਜੀ? ਉਹ ਟਰੈਕਟਰ ਮੇਰੇ ਆਪਣੇ ਕਜ਼ਨ ਕੋਲ, ਇਹ ਵੀ ਫਿਲਹਾਲ ਮੌਜੂਦ ਹੈ, ਟਰੈਕਟਰ ਸਾਡੇ ਕੋਲ ਹੀ ਹੈ, ਅਤੇ ਜਿੰਨੇ ਬੰਦੇ ਵੇਖਣਾ ਚਾਹੁੰਦਾ ਵੇਖ ਵੀ ਸਕਦੇ ਨੇ। ਉਹ ਟਰੈਕਟਰ ਨਾ ਆਪਣੇ ਇਸਤੇਮਾਲ ਵਾਸਤੇ ਰੱਖਿਆ ਹੈ, 10-15 ਏਕੜ ਜ਼ਮੀਨ, 15-20 ਏਕੜ ਨਾ, ਜਿਹੜੇ ਆਪਣੇ ਇਸਤੇਮਾਲ ਵਾਸਤੇ ਨਾ ਉਹਨੂੰ ਵਾਹ ਕੇ ਖਿਲਵਾ ਛੱਡਦੇ ਨੇ, ਔਰ ਉਹਦਾ ਐਡਾ ਕੋਈ ਨਹੀਂ ਕੰਮ। ਮਤਲਬ ਕਿ ਕੋਈ ਥਰੈਸ਼ਰ ਨਹੀਂ, ਕੋਈ ਉਹਦੇ ਉੱਤੇ? ਥਰੈਸ਼ਰ ਸਾਰੇ ਕੰਮ ਤਾਂ ਸਾਰੇ ਲਈਦੇ ਨੇ ਨਾ, ਪਰ ਇੰਝ ਮਜ਼ਦੂਰੀ ਆਮ ਨਹੀਂ ਕਰੀਦੀ ਉਹਦੇ ਨਾਲ ਨਾ। ਠੀਕ ਹੈ। ਉਹਨੂੰ ਸੰਭਾਲ ਕੇ ਮਜ਼ਦੂਰੀ ਵਾਸਤੇ ਦੂਸਰੇ ਟਰੈਕਟਰ ਨੇ ਜ਼ਿਆਦਾ ਕੰਮ ਵਾਸਤੇ ਨਾ, ਉਹ ਜ਼ਮੀਨਾਂ ਬਣਦਾ, ਸਾਰੇ ਕੰਮ ਕਰਦਾ, ਪਰ ਉਹਨੂੰ ਜ਼ਿਆਦਾ ਨਾ ਇਸਤੇਮਾਲ ਆਪਣਾ ਇਸਤੇਮਾਲ ਕਰਕੇ ਖਿਲਵਾ ਸਕਦੇ ਹਾਂ। ਇਸ ਵਾਸਤੇ ਉਹਦਾ ਇੰਜਣ ਬੜਾ ਮਹਿਫੂਜ਼ ਹੈ, ਨਾਲੇ ਇਟਲੀ ਦੀ ਬਣੀ ਹੈ ਗੱਡੀ ਨਾ, ਉਹ ਇੰਜਣ ਬੜੇ ਕੁਆਲਿਟੀ ਦੀ ਚੀਜ਼ਾਂ ਨਾਲ ਪਾਉਂਦੇ ਨੇ ਉਹਦੇ ਵਾਸਤੇ ਨਾ, ਉਹ ਨਹੀਂ ਸਕਦਾ ਐਡਾ ਮਸਲਾ। ਠੀਕ ਹੈ। ਅਤੇ ਤੁਹਾਡੇ ਫਿਊਚਰ ਦੇ ਕੀ ਪਲਾਨ ਨੇ, ਮੁਸਤਕਬਿਲ ਦੇ ਵਿੱਚ ਇਸ ਚੈਨਲ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ? ਇਨਸ਼ਾਅੱਲਾ ਚੈਨਲ ਜੀਤ ਅੱਗੇ ਵਧੇਗਾ, ਅਤੇ ਵੀਡੀਓ ਵੀ ਹੋਰ ਆਵਣਦੀਆਂ, ਅਤੇ ਪਲੈਨ ਹੈ ਇਹ ਸਾਡਾ ਨਾ ਜਿਹੜਾ ਹੌਬ ਇੱਕ ਨਾ ਯੂ ਫਾਰਮ ਨੂੰ ਨਾ ਇੱਕ ਪੂਰਾ ਫਾਰਮ ਬਣਾਉਣਾ ਅਸਾਂ, ਅਤੇ ਫਾਰਮ ਬਣਾਉਣ ਦਾ ਜ਼ਿਆਦਾ ਵੱਡਾ ਫਾਰਮ ਬਣਾਉਣ ਦਾ ਖਵਾਬ ਹੈ। ਇੱਕੋ ਫਾਰਮ ਦੇ ਵਿੱਚ ਸਾਰੇ ਚੀਜ਼ਾਂ ਰੱਖਣੀਆਂ ਨੇ ਸਾਰੀਆਂ, ਤੁਹਾਨੂੰ ਵਿਖਾਵਾਂ ਦੇ ਜਿਸ ਟਾਈਮ ਬਣਿਆ ਨਾ ਫਾਰਮ ਸ਼ੁਰੂ ਕਰਕੇ ਤੁਹਾਨੂੰ ਦੱਸਣੇ ਆ। ਇੱਕ ਜੀ ਚੌਧਰੀ ਸਾਹਿਬ, ਤੁਸੀਂ ਸਾਡੇ ਚੈਨਲ ਨੂੰ ਟਾਈਮ ਦਿੱਤਾ, ਬਹੁਤ ਜ਼ਿਆਦਾ ਸ਼ੁਕਰੀਆ।